ਤਾਨੂੰ ਲੱਗਦਾ ਵੀ ਕਦਨ ਨਾ ਕਦੇ ਫਿਰ ਪੰਜਾਬ ਇੱਕ ਵੱਖਰੀ ਸਟੇਟ ਹੋਊਗਾ ਤੁਸੀਂ ਇਸ ਇਸ ਗੱਲ ਦੇ ਚਾਹੁੰਦੇ ਵੀ ਉਹ ਵੀ ਜਲਦੀ ਹੋ ਜੇ ਦੇਖੋ ਕਿਉਂ ਨਹੀਂ ਹੋਊਗਾ ਜੇ ਜੇ ਪੰਜਾਬ ਇਸ ਗੱਲ ਤੇ ਜੇ ਪੰਜਾਬ ਨੂੰ ਸਪੇਸ ਨਹੀਂ ਮਿਲਦੀ ਪੰਜਾਬ ਦੀ ਡਾਈਵਰਸਿਟੀ ਨੂੰ ਸਪੇਸ ਨਹੀਂ ਮਿਲਦੀ ਹਨਾ ਪੰਜਾਬ ਚ ਜੋ ਅੱਜ ਇੱਕ ਸਿਵਲਾਈਜੇਸ਼ਨ ਜਿਹੜੀ ਸਦੀਆਂ ਤੋਂ ਆਪੇ ਇਵੋਲਵ ਹੋਈ ਆ ਪੈਦਾ ਹੋਈ ਆ ਜੇ ਉਹਨੂੰ ਸਪੇਸ ਨਹੀਂ ਮਿਲਦੀ ਤਾਂ ਕੱਲਾ ਪੰਜਾਬ ਨਹੀਂ ਔਰ ਇਹ ਇੰਡੀਅਨ ਸਟੇਟ ਨੂੰ ਗੱਲ ਸਮਝਣੀ ਚਾਹੀਦੀ ਆ ਇਹ ਤਾਂ ਫਿਰ ਹਰ ਉਸ ਡਾਈਵਰਸਿਟੀ 'ਚ ਗੱਲ ਉੱਠੂਗੀ ਵੀ ਸਾਨੂੰ ਸਪੇਸ ਹੀ ਨਹੀਂ ਦੇ ਰਹੇ ਇਹ ਤਾਂ ਸਾਨੂੰ ਖਤਮ ਕਰ ਰਹੇ ਆ ਤੇ ਇਸ ਕਰਕੇ ਅਸੀਂ ਡਿਸਰਵ ਕਰਦੇ ਆ ਵੀ ਆ ਅਸੀਂ ਵੱਖ ਹੋਈਏ ਇਹ ਗੱਲ ਸਮਝਣੀ ਹੈ ਕਿ ਨੇਸ਼ਨ ਬਿਲਡਿੰਗ ਲਈ ਬਹੁਤ ਜ਼ਰੂਰੀ ਆ ਨੇਸ਼ਨ ਬਿਲਡਿੰਗ ਦਾ ਕਨਸੈਪਟ ਜੋ ਲੈ ਕੇ ਤੁਰ ਪਏ ਨਾ ਇਹ ਵੀ ਇੱਕੋ ਜਿਹਾ ਹੀ ਬਣਾ ਦਿਓ ਸਾਰੇ ਇੱਕ ਤਰ੍ਹਾਂ ਦਾ ਸਮਾਜ ਸਿਰਜੋ ਤੇ ਸ਼ਾਇਦ ਉਹ ਸਾਡੇ ਲਈ ਬਹੁਤ ਕੰਡਿਊਸਿਵ ਐਂਡ ਕੂਲ ਹੋਊਗਾ ਇਹ ਫਲ ਨੋ ਕਿਹਨਾਂ ਦੀ ਗੱਲ ਤੁਸੀਂ ਨੈਸ਼ਨਲ ਬਿਲਡਿੰਗ ਦੀ ਕਰਦੇ ਹੋ ਪੱਤਰ ਜਿਹੜਾ ਫੈਕਟ ਹੈ ਉਹਦੇ ਵਿੱਚ ਫੈਕਟ ਹੀ ਨਿਕਲਣਾ ਵੀ ਤੁਸੀਂ ਤੋੜਨ ਦੀ ਗੱਲ ਕਰਦੇ ਹੋ ਸਾਰਿਆਂ ਨੂੰ ਤਾਂ ਫਿਰ ਅਲੱਗ-ਅਲੱਗ ਦੇਣਾ ਪੈਣਾ ਦੇਸ਼ ਤਾਂ ਟੁੱਟ ਗਿਆ ਐਕਚੁਅਲੀ ਐਕਚੁਅਲੀ ਤੋੜ ਰਹੇ ਆ ਇਹ ਉਹ ਕਿਉਂ ਦੇਖੋ ਇਹ ਵੈਸਟਰਨ ਕੰਟਰੀਜ਼ ਚ ਨਾ ਫੇਰ ਵੀ ਕਿਸੇ ਹੱਦ ਤੱਕ ਪੋਸੀਬਲ ਸੀ ਉਹ ਪੋਸੀਬਲ ਆਈ ਸੀ ਵੀ ਉੱਥੇ ਇਸ ਤਰ੍ਹਾਂ ਦੀ ਡੀਪ ਰੂਟਡ ਡਾਈਵਰਸਿਟੀ ਨਹੀਂ ਸੀ ਹਣਾ ਆਪਣੇ ਇਸ ਖਿੱਤੇ ਚ ਬੜੀ ਡੀਪ ਰੂਟਡ ਡਾਈਵਰਸਿਟੀ ਪਈ ਆ ਸਾਡੀ ਭਾਸ਼ਾ ਵੱਖਰੀ ਸਾਡੇ ਸਿਧਾਂਤ ਵੱਖਰੇ ਸਾਡੇ ਵਿਸ਼ਵਾਸ ਵੱਖਰੇ ਸਾਡੇ ਧਰਮ ਵੱਖਰੇ ਸਾਡੀ ਹਵਾ ਪਾਣੀ ਸਭ ਕੁਝ ਵੱਖਰਾ ਕਿੰਡੀ ਡੀਪ ਰੂਟਡ ਡਾਈਵਰਸਿਟੀ ਪਈ ਆ ਔਰ ਉਹ ਨੇਚਰ ਨੇ ਪੈਦਾ ਕੀਤੀ ਆ ਮਤਲਬ ਤੁਸੀਂ ਜੋ ਅੱਜ ਕਰ ਰਹੇ ਹੋ ਉਹ ਨੇਚਰ ਦੇ ਅਗੇਂਸਟ ਕਰ ਰਹੇ ਆ ਫਿਰ ਨੇਚਰ ਨੇ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਬੰਦਿਆਂ ਦੇ ਥਰੂ ਉਹਨਾਂ ਦੇ ਸਬਕੌਨਸ਼ੀਅਸ ਦੇ ਥਰੂ ਰਿਐਕਟ ਕਰ ਜਾਂ ਯਾ ਨੇਚਰ ਨੇ ਆਪਦੇ ਆਪ 'ਚ ਰਿਐਕਟ ਕਰਨਾ ਹੀ ਕਰਨਾ ਨਾ ਕਦੋਂ ਤੱਕ ਤੁਸੀਂ ਥੱਕ ਹੀ ਜਾਓਗੇ ਇੱਕ ਪਾਸੇ ਸੋ ਇਹ ਜਿਹੜੀਆਂ ਗੱਲਾਂ ਨਾ ਭਾਈ ਇਹ ਗੱਲਾਂ ਸਮਝਣ ਲਈ ਤੁਹਾਡੇ ਕੋਲੇ ਨਾ ਇੱਕ ਤੁਹਾਨੂੰ ਟ੍ਰਾਂਸੈਂਡ ਕਰਨਾ ਪੈਂਦਾ ਐਜ਼ ਅ ਹਿਊਮਨ ਬੀਇੰਗ ਵੀ ਤੁਹਾਨੂੰ ਯੂ نو ਯੂ ਹੈਵ ਟੂ ਬੀ ਪ੍ਰੋਬਲੀ ਹੈਵ ਅ ਰੀਲੀ ਲਾਰਜ ਪ੍ਰਸਪੈਕਟਿਵ ਉੱਥੇ ਮੇਰੀ ਜਥੇਬੰਦੀ ਮੇਰੀ ਪੋਲੀਟੀਕਲ ਪਾਰਟੀ ਮੇਰੀ ਇੱਕ ਕੌਮੀਅਤ ਉਹਦੇ ਤੋਂ ਵੀ ਉੱਤੇ ਉੱਠਣਾ ਪੈਂਦਾ ਜਿਹੜਾ ਸਾਨੂੰ ਗੁਰੂਆਂ ਨੇ ਸਿਖਾਇਆ ਗੁਰੂਆਂ ਨੇ ਕੀ ਗੱਲ ਸਿਖਾਈ ਆ ਗੁਰੂਆਂ ਨੇ ਸਾਨੂੰ ਇਹੀ ਗੱਲ ਸਿਖਾਈ ਆ ਨਾ ਵੀ ਜਿਹੜੀ ਡਾਈਵਰਸਿਟੀ ਇਨ ਹਾਰਮਨੀ ਡਾਈਵਰਸਿਟੀ ਨੂੰ ਟੋਲਰੇਟ ਨਾ ਕਰੋ ਟੋਲਰੈਂਸ ਤਾਂ ਵੀ ਆਪਾਂ ਇਹ ਕਹਦੇ ਆ ਵੀ ਮੈਂ ਤੈਨੂੰ ਯਾਰ ਬਸ ਟੋਲਰੇਟ ਕਰ ਰਿਹਾ ਸਹਿ ਰਹਾ ਕਿਵੇਂ ਨਾ ਕਿਵੇਂ ਇਹਦੇ 'ਚ ਤਾਂ ਹੰਕਾਰ ਆ ਇਹਦੇ 'ਚ ਤਾਂ ਇੱਕ ਤਰ੍ਹਾਂ ਤੁਹਾਨੂੰ ਲੱਗਦਾ ਵੀ ਕਦਨ ਕਿਤੇ ਫਿਰ ਪੰਜਾਬ ਇੱਕ ਵੱਖਰੀ ਸਟੇਟ ਹੋਊਗਾ ਤੁਸੀਂ ਇਸ ਤੇ ਇਸ ਗੱਲ ਦੇ ਚਾਹੁੰਦੇ ਵੀ ਉਹ ਵੀ ਜਲਦੀ ਹੋ ਜੇ ਦੇਖੋ ਕਿਉਂ ਨਹੀਂ ਹੋਊਗਾ ਜੇ ਜੇ ਪੰਜਾਬ ਇਸ ਗੱਲ ਤੇ ਜੇ ਪੰਜਾਬ ਨੂੰ ਸਪੇਸ ਨਹੀਂ ਮਿਲਦੀ ਪੰਜਾਬ ਦੀ ਡਾਈਵਰਸਿਟੀ ਨੂੰ ਸਪੇਸ ਨਹੀਂ ਮਿਲਦੀ ਹਨਾ ਪੰਜਾਬ ਚ ਜੋ ਅੱਜ ਇੱਕ ਸਿਵਲਾਈਜੇਸ਼ਨ ਆ ਜਿਹੜੀ ਸਦੀਆਂ ਤੋਂ ਆਪੇ ਇਵੋਲਵ ਹੋਈ ਆ ਪੈਦਾ ਹੋਈ ਆ ਜੇ ਉਹਨੂੰ ਸਪੇਸ ਨਹੀਂ ਮਿਲਦੀ ਤਾਂ ਕੱਲਾ ਪੰਜਾਬ ਨਹੀਂ ਔਰ ਇਹ ਇੰਡੀਅਨ ਸਟੇਟ ਨੂੰ ਗੱਲ ਸਮਝਣੀ ਚਾਹੀਦੀ ਆ ਇਹ ਤਾਂ ਫਿਰ ਹਰ ਉਸ ਡਾਈਵਰਸਿਟੀ ਚ ਗੱਲ ਉੱਠੂਗੀ ਵੀ ਸਾਨੂੰ ਸਪੇਸ ਹੀ ਨਹੀਂ ਦੇ ਰਹੇ ਇਹ ਤਾਂ ਸਾਨੂੰ ਖਤਮ ਕਰ ਰਹੇ ਆ ਤੇ ਇਸ ਕਰਕੇ ਅਸੀਂ ਡਿਸਰਵ ਕਰਦੇ ਆ ਵੀ ਆਪ ਅਸੀਂ ਵੱਖ ਹੋਈਏ ਇਹ ਗੱਲ ਸਮਝਣੀ ਹੈ ਇੱਕ ਨੇਸ਼ਨ ਬਿਲਡਿੰਗ ਲਈ ਬਹੁਤ ਜ਼ਰੂਰੀ ਆ ਨੇਸ਼ਨ ਬਿਲਡਿੰਗ ਦਾ ਕਨਸੈਪਟ ਜੋ ਲੈ ਕੇ ਤੁਰਪੇਣਾ ਇਹ ਵੀ ਇੱਕੋ ਜਿਹਾ ਹੀ ਬਣਾ ਦੋ ਸਾਰੇ ਇੱਕ ਤਰ੍ਹਾਂ ਦਾ ਸਮਾਜ ਸਿਰਜੋ ਤੇ ਸ਼ਾਇਦ ਉਹ ਸਾਡੇ ਲਈ ਬਹੁਤ ਕੰਡਿਊਸਿਵ ਐਂਡ ਕੂਲ ਹੋਊਗਾ ਇਹ ਫਲ। ਲੋਕ ਇਹ ਕਹਿੰਦੇ ਵੀ ਗੱਲ ਤੁਸੀਂ ਨੈਸ਼ਨਲ ਬਿਲਡਿੰਗ ਦੀ ਕਰਦੇ ਹੋ ਪਰ ਤੜਾ ਜਿਹੜਾ ਫੈਕਟ ਹੈ ਉਹਦੇ ਵਿੱਚ ਫੈਕਟ ਹੀ ਨਿਕਲਣਾ ਵੀ ਤੁਸੀਂ ਤੋੜਨ ਦੀ ਗੱਲ ਕਰਦੇ ਹੋ ਵੀ ਸਾਰਿਆਂ ਨੂੰ ਤਾਂ ਫਿਰ ਅਲੱਗ-ਅਲੱਗ ਦੇ ਨਾਲ ਦੇਸ਼ ਤਾਂ ਟੁੱਟ ਗਿਆ। ਐਕਚੁਅਲੀ ਤੋੜ ਰਹੇ ਐ। ਐਕਚੁਅਲੀ ਐਕਚੁਅਲੀ ਤੋੜ ਰਹੇ ਆ ਇਹ। ਉਹ ਕਿਉਂ? ਵੇਖੋ ਇਹ ਵੈਸਟਰਨ ਕੰਟਰੀਜ਼ ਚ ਨਾ ਫੇਰ ਵੀ ਕਿਸੇ ਹੱਦ ਤੱਕ ਪੋਸੀਬਲ ਸੀ। ਉਹ ਪੋਸੀਬਲ ਆਈ ਸੀ। ਵੀ ਉੱਥੇ ਇਸ ਤਰ੍ਹਾਂ ਦੀ ਡੀਪ ਰੂਟਡ ਡਾਈਵਰਸਿਟੀ ਨਹੀਂ ਸੀ। ਹਮ ਹੈਨਾ? ਆਪਣੇ ਇਸ ਖਿੱਤੇ 'ਚ ਬੜੀ ਡੀਪ ਰੂਟਡ ਡਾਈਵਰਸਿਟੀ ਪਈਆ ਸਾਡੀ ਭਾਸ਼ਾ ਵੱਖਰੀ ਸਾਡੇ ਸਿਧਾਂਤ ਵੱਖਰੇ ਸਾਡੇ ਵਿਸ਼ਵਾਸ ਵੱਖਰੇ ਸਾਡੇ ਧਰਮ ਵੱਖਰੇ ਸਾਡੀ ਹਵਾ ਪਾਣੀ ਸਭ ਕੁਝ ਵੱਖਰਾ ਕਿੰਡੀ ਡੀਪ ਰੂਟਡ ਡਾਈਵਰਸਿਟੀ ਪਈਆ ਔਰ ਉਹ ਨੇਚਰ ਨੇ ਪੈਦਾ ਕੀਤੀ ਹੈ ਮਤਲਬ ਤੁਸੀਂ ਜੋ ਅੱਜ ਕਰ ਰਹੇ ਹੋ ਉਹ ਨੇਚਰ ਦੇ ਅਗੇਂਸਟ ਕਰ ਰਹੇ ਹੋ ਫਿਰ ਨੇਚਰ ਨੇ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਬੰਦਿਆਂ ਦੇ ਥਰੂ ਉਹਨਾਂ ਦੇ ਸਬਕੌਨਸ਼ੀਅਸ ਦੇ ਥਰੂ ਡਾਇਰੈਕਟ ਜਾਂ ਯਾ ਨੇਚਰ ਨੇ ਆਪਦੇ ਆਪ 'ਚ ਰਿਐਕਟ ਕਰਨਾ ਹੀ ਕਰਨਾ ਨਾ ਕਦੋਂ ਤੱਕ ਤੁਸੀਂ ਥੱਕ ਹੀ ਜਾਓਗੇ ਇੱਕ ਪਾਸੇ ਸੋ ਇਹ ਜਿਹੜੀਆਂ ਗੱਲਾਂ ਨਾ ਭਾਈ ਇਹ ਗੱਲਾਂ ਸਮਝਣ ਲਈ ਤੁਹਾਡੇ ਕੋਲੇ ਨਾ ਇੱਕ ਤੁਹਾਨੂੰ ਟ੍ਰਾਂਸੈਂਡ ਕਰਨਾ ਪੈਂਦਾ ਐਜ਼ ਅ ਹਿਊਮਨ ਬੀਇੰਗ ਵੀ ਤੁਹਾਨੂੰ ਯੂ نو ਯੂ ਹੈਵ ਟੂ ਬੀ ਪ੍ਰੋਬਲੀ ਹੈਵ ਅ ਰੀਲੀ ਲਾਰਜ ਪ੍ਰਸਪੈਕਟਿਵ ਉੱਥੇ ਮੇਰੀ ਜਥੇਬੰਦੀ ਮੇਰੀ ਪੋਲੀਟੀਕਲ ਪਾਰਟੀ ਮੇਰੀ ਇੱਕ ਕੌਮੀਅਤ ਉਹਦੇ ਤੋਂ ਵੀ ਉੱਤੇ ਉੱਠਣਾ ਪੈਂਦਾ ਜਿਹੜਾ ਸਾਨੂੰ ਗੁਰੂਆਂ ਨੇ ਸਿਖਾਇਆ ਗੁਰੂਆਂ ਨੇ ਕੀ ਗੱਲ ਸਿਖਾਈ ਆ ਗੁਰੂਆਂ ਨੇ ਸਾਨੂੰ ਇਹੀ ਗੱਲ ਸਿਖਾਈ ਆ ਨਾ ਵੀ ਜਿਹੜੀ ਡਾਈਵਰਸਿਟੀ ਇਨ ਹਾਰਮਨੀ ਡਾਈਵਰਸਿਟੀ ਨੂੰ ਟੋਲਰੇਟ ਨਾ ਕਰੋ ਟੋਲਰੈਂਸ ਤਾਂ ਵੀ ਆਪਾਂ ਇਹ ਕਹਦੇ ਆ ਵੀ ਮੈਂ ਤੈਨੂੰ ਯਾਰ ਬਸ ਟੋਲਰੇਟ ਕਰ ਰਿਹਾ ਸਹਿ ਰਿਹਾ ਕਿਵੇਂ ਨਾ ਕਿਵੇਂ ਇਹਦੇ 'ਚ ਤਾਂ ਹੰਕਾਰ ਆ ਇਹਦੇ 'ਚ ਤਾਂ ਇੱਕ ਤਰ੍ਹਾਂ